ਮੇਰਾ ਨਾਮ ਬੰਨੀ ਹੈਗਾ ਅਤੇ ਮੇਰੀ ਵਾਈਫ ਹੈਗੇ ਨੇ ਰਜਨੀ, ਤੁਸੀਂ ਸਾਰੇ ਇਹਨਾਂ ਤੋਂ ਵਾਕਿਫ ਹੀ ਹੈਗੇ ਹੋ। ਅਤੇ ਅੱਜ ਮੈਂ ਇੱਥੇ ਮੈਂ ਕਰਨ ਆਇਆ ਹੈਗਾ ਵਾਂ, ਕਿਉਂਕਿ ਸਾਰਿਆਂ ਨੂੰ ਸ਼ਾਇਦ ਪ੍ਰੋਬਲਮ ਹੈਗੀ ਸੀ ਅਤੇ ਹਰੇਕ ਕੋਈ ਇਹ ਪੁੱਛਦਾ ਪਿਆ ਸੀਗਾ ਕਿ ਮੇਰੇ ਵਾਈਫ ਬੋਲਦੇ ਪਏ ਹੈਗੇ ਨੇ ਪਰ ਇਹਨਾਂ ਦੇ ਹਸਬੈਂਡ ਜਾਂ ਇਹਨਾਂ ਦੀ ਫੈਮਿਲੀ ਵਿੱਚੋਂ ਕੋਈ ਅੱਗੇ ਨਹੀਂ ਆ ਰਿਹਾ ਹੈਗਾ। ਅਤੇ ਅੱਜ ਅਸੀਂ ਇੱਥੇ ਇਸ ਲਈ ਅਸੀਂ ਆਏ ਹੈਗੇ ਹਾਂ ਕਿ ਅਸੀਂ ਆਉਣਾ ਨਹੀਂ ਸੀਗਾ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਤੁਹਾਡੇ ਸਾਹਮਣੇ ਮੈਟਰ ਰਿਜ਼ੋਲਵ ਹੋ ਚੁੱਕਿਆ ਹੈਗਾ, ਸਭ ਕੁਛ ਕਲੋਜ਼ ਹੋ ਚੁੱਕਿਆ ਹੈਗਾ, ਲੇਕਿਨ ਸਾਨੂੰ ਜਿਹੜੇ ਹੈਗੇ ਨੇ ਸਾਨੂੰ ਧਮਕੀਆਂ ਮਿਲਦੀਆਂ ਪਈਆਂ ਨੇ, ਸਾਨੂੰ ਫੋਲੋਅਪ ਕੀਤਾ ਜਾ ਰਿਹਾ ਹੈਗਾ। ਅਸੀਂ ਜਿੱਥੇ ਵੀ ਜਾਈਏ, ਈਵਨ ਅਸੀਂ ਮਾਰਕੀਟ ਜਾਂਦੇ ਹੈਗੇ ਹਾਂ, ਹੋਸਪਿਟਲ ਅਸੀਂ ਗਏ ਹੈਗੇ ਹਾਂ, ਅਤੇ ਜਿਹੜੀ ਵੀ ਜਗ੍ਹਾ 'ਤੇ ਜਾਈਏ ਸਾਨੂੰ ਫੋਲੋਅਪ ਕੀਤਾ ਜਾ ਰਿਹਾ ਹੈਗਾ। ਈਵਨ ਆ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਣੀ ਹੈਗੀ ਸੀਗੀ, ਅਸੀਂ ਜਿਹੜੇ ਜਤਿੰਦਰ ਸਰ ਹੈਗੇ ਨੇ ਉਹਨਾਂ ਨੂੰ ਸਪੈਸ਼ਲੀ ਕਿਹਾ ਸੀਗਾ ਕਿ ਇਹ ਚੀਜ਼ ਫਿਲਹਾਲ ਕੌਨਫੀਡੈਂਸ਼ੀਅਲ ਰੱਖਣਾ, ਅਤੇ ਮੀਡੀਆ ਨੂੰ ਜੇ ਪਤਾ ਚੱਲਣੀ ਹੈਗੀ ਤਾਂ ਉਹ ਅੱਜ ਦੀ ਡੇਟ ਦੇ ਵਿੱਚ ਪਤਾ ਚੱਲੇ, ਲੇਕਿਨ ਉਹਨਾਂ ਕੋਲ ਇਨਫੋਰਮੇਸ਼ਨ ਇਸ ਚੀਜ਼ ਦੀ ਪਹਿਲਾਂ ਹੀ ਪਹੁੰਚ ਚੁੱਕੀ ਹੈ, ਕੱਲ੍ਹ ਦੀ ਉਹਨਾਂ ਕੋਲ ਇਨਫੋਰਮੇਸ਼ਨ ਆ ਚੁੱਕੀ ਹੈਗੀ ਹੈ। ਲੈਂਬਰ ਜੀ ਕੋਲ ਸਰ, ਸਾਨੂੰ ਧਮਕੀਆਂ ਇਹ ਮਿਲਦੀਆਂ ਪਈਆਂ ਹੈਗੀਆਂ ਨੇ, ਸਾਡੇ ਕੋਲ ਜਿਹੜੀ ਉਹਨਾਂ ਦੀ ਵੀਡੀਓ ਜਿਹੜੀ ਪਰੂਫ ਹੈਗੀਆਂ ਨੇ, ਜਿਹੜੀ ਚੀਜ਼ ਅਸੀਂ ਪਹਿਲਾਂ ਮੀਡੀਆ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਸੀਗੇ ਕਿ ਉਹ ਕਿਸ ਤਰ੍ਹਾਂ ਦੇ ਇਨਸਾਨ ਹੈਗੇ ਨੇ, ਕਿ ਆਪਣੀ ਵਾਈਫ ਨੂੰ ਅਤੇ ਆਪਣੇ ਬੱਚਿਆਂ ਨੂੰ ਕਿਵੇਂ ਉਹ ਮਾਰਦੇ ਨੇ, ਕੁੱਟਦੇ ਹੈਗੇ ਨੇ, ਸਾਡੇ ਕੋਲ ਉਸ ਚੀਜ਼ ਦੇ ਵੀਡੀਓ ਪਰੂਫ ਹੈਗੇ ਨੇ। ਸਾਨੂੰ ਥਰਡ ਪਾਰਟੀ ਦੇ ਥਰੂ ਸਾਨੂੰ ਕਾਲਸ ਆਉਂਦੀਆਂ ਪਈਆਂ ਹੈਗੀਆਂ ਨੇ, ਈਵਨ ਇਹਦੀ ਸਿਸਟਰ ਨੂੰ ਕਾਲਸ ਗਈਆਂ ਹੈਗੀਆਂ ਨੇ ਜਿਹੜੀ ਮੌਕੇ ਰਹਿੰਦੀ ਹੈਗੀ ਹੈ ਕਿ ਤੁਹਾਡੇ ਕੋਲ ਜਿਹੜੀ ਵੀਡੀਓ ਪਈਆਂ ਹੋਈਆਂ ਹੈਗੀਆਂ ਨੇ ਉਹਨਾਂ ਨੂੰ ਡਿਲੀਟ ਕਰ ਦਿੱਤਾ ਜਾਵੇ, ਨਹੀਂ ਤਾਂ ਇਹਦੇ ਤੁਹਾਨੂੰ ਨੁਕਸਾਨ ਹੋ ਸਕਦੇ ਹੈਗੇ ਨੇ। ਨਾਲ ਦੇ ਨਾਲ ਉਹਨਾਂ ਨੇ ਸਾਨੂੰ ਵੀ ਕਿਹਾ ਹੈਗਾ ਕਿ ਜਿਹਦੇ ਕੋਲ ਵੀ ਵੀਡੀਓ ਪਈਆਂ ਨੇ, ਤੁਹਾਡੀ ਭੈਣ ਦੇ ਕੋਲ ਵੀਡੀਓ ਪਈਆਂ ਹੋਈਆਂ ਨੇ, ਰਜਨੀ ਕੋਲ ਜਿਹੜੀ ਵੀਡੀਓ ਪਈਆਂ ਹੋਈਆਂ ਨੇ, ਉਹ ਵੀਡੀਓ ਨੂੰ ਡਿਲੀਟ ਕਰ ਦਿੱਤਾ ਜਾਵੇ, ਅਤੇ ਹੋਰ ਵੀ ਉਹਨਾਂ ਕੋਲ ਜਿਹੜੇ ਪਰੂਫ ਹੈਗੇ ਨੇ ਤੁਹਾਨੂੰ ਮੈਂ ਚਾਹੋ ਤਾਂ ਤੁਹਾਨੂੰ ਮੈਂ ਸਾਰਿਆਂ ਨੂੰ ਮੈਂ ਵੀਡੀਓ ਮੈਂ ਦਿਖਾ ਸਕਦਾ ਹੈਗਾ ਵਾਂ। ਬਿਲਕੁਲ ਸਰ, ਜੇ ਆਡੀਓ ਨਹੀਂ ਹੈਗੀ ਕਿਉਂਕਿ ਆਪਣਾ ਕੈਮਰੇ CCTV ਫੁਟੇਜ ਹੈਗੀ ਇਹਦੀ, ਰਿਕਾਰਡਿੰਗ ਨਹੀਂ ਹੈਗੀ, ਲੇਕਿਨ ਜੇ ਤੁਸੀਂ ਜੇ ਨੇੜੇ ਆ ਕੇ ਤੁਸੀਂ ਦੇਖਣਾ ਚਾਹੁੰਦੇ ਹੈਗੇ ਹੋ, ਤੁਸੀਂ ਮੈਨੂੰ ਈਵਨ ਆਪਣੇ ਨੰਬਰ ਸੈਂਡ ਕਰ ਸਕਦੇ ਹੋ, ਇਹ ਸਾਰਿਆਂ ਨੂੰ ਸ਼ੇਅਰ ਕਰ ਦਿੱਤੀ ਜਾਵੇ ਤਾਂ ਕਿ ਤੁਹਾਨੂੰ ਪਤਾ ਚੱਲੇ। ਇਹਦੇ ਵਿੱਚ ਇਹ ਵੀਡੀਓ ਦੇ ਵਿੱਚ ਇਹ ਆਪਣੀ ਬੇਟੀ ਨੂੰ ਮਾਰ ਰਿਹਾ, ਇਸ ਵਾਲੀ ਵੀਡੀਓ ਦੇ ਵਿੱਚ ਅਸੀਂ ਜਿੱਦਾਂ ਹੁਣ ਬੱਚਿਆਂ 'ਤੇ ਐਲੀਗੇਸ਼ਨ ਆ, ਬੱਚਿਆਂ ਨੂੰ ਜੀ ਕਹਿੰਦੇ ਆ ਲੋਕ ਮਾਸੀ ਨੇ ਸਿਖਾ ਤਾ, ਮਾਸੜ ਨੇ ਸਿਖਾ ਤਾ, ਅਸੀਂ ਬੱਚਿਆਂ ਦੀ ਹਮੇਸ਼ਾ ਹੈਲਪ ਕੀਤੀ ਹੈ, ਕਿਉਂਕਿ ਬੱਚਿਆਂ ਨੂੰ ਇਹ ਇਨਸਾਨ ਹਮੇਸ਼ਾ ਮਾਰਦਾ, ਜੇ ਵਾਈਫ ਨੂੰ ਮਾਰਦਾ ਤਾਂ ਬੱਚਿਆਂ ਨੂੰ ਵੀ ਮਾਰਦਾ। ਇਹ ਵਾਲੀ ਵੀਡੀਓ ਦੇ ਵਿੱਚ ਇਹ ਆਪਣੀ ਬੇਟੀ ਦੇ ਚੇਅਰ ਮਾਰਦਾ ਸੀ, ਜਿਹੜੇ ਲੋਕ ਕਹੀ ਜਾਂਦੇ, ਮੀਡੀਆ ਵੀ ਕਹੀ ਜਾਂਦੇ ਕਿ ਮਾਸੀ ਨੇ ਸਿਖਾ ਤਾ ਵਾ, ਮਾਸੀ ਆਪਣੇ ਹੱਥ ਦੇ ਵਿੱਚ ਬੱਚਿਆਂ ਨੂੰ ਕਰਦੀ ਹੈ, ਮੈਂ ਬੱਚਿਆਂ ਕੋਲ ਤਾਂ ਸੁੱਕੀ ਲੈਣਾ। ਠੀਕ ਹੈ, ਤੁਸੀਂ ਇਹ ਵੀਡੀਓ ਤੁਹਾਨੂੰ ਗੱਲ ਦੇਖੋ, ਗੱਲ ਦੇਖੋ ਸਿੱਧਾ ਇਹ ਰਹੀ ਹੈਗੀ ਕਿ ਸਾਨੂੰ ਹੁਣ ਲੈਂਬਰ ਤੋਂ ਸਾਨੂੰ ਖਤਰਾ ਹੈਗਾ, ਸਾਨੂੰ ਆਪਣੀ ਜਾਨ ਦਾ ਖਤਰਾ ਹੈਗਾ। ਅਸੀਂ ਤੁਹਾਨੂੰ ਮੈਂ ਪਹਿਲਾਂ ਹੀ ਵਰਡਿੰਗ ਕਹੀ ਹੈ ਕਿ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ ਸੀ, ਪਰ ਸਾਨੂੰ ਇਹ ਸ਼ੱਕ ਹੁੰਦਾ ਪਿਆ ਹੈਗਾ, ਸਾਨੂੰ ਸ਼ੱਕ ਹੀ ਹੁੰਦਾ ਪਿਆ, ਸਾਨੂੰ ਪੂਰਾ ਵਿਸ਼ਵਾਸ, ਅਸੀਂ ਕਿਤੇ ਵੀ ਜਾਂਦੇ ਹਾਂ ਸਾਨੂੰ ਫੋਲੋਅਪ ਕਰਦੇ ਪਏ ਹੈਗੇ ਨੇ ਲੋਕੀ। ਦੇਖੋ ਸਾਡੇ ਨਾਲ ਉਹਨੇ ਸਾਨੂੰ ਮੀਡੀਆ ਦੇ ਵਿੱਚ ਦੇਖੋ ਇੰਨਾ ਬਦਨਾਮ ਕਰ ਦਿੱਤਾ ਹੈਗਾ ਕਿ ਅਸੀਂ ਕਿਤੇ ਇੱਕ ਤਾਂ ਰਹਿਣ ਜੋਗੇ ਨਹੀਂ ਰਹੇ ਹੈਗੇ, ਸਾਡੀ ਬਦਨਾਮੀ ਇੱਕ ਬਹੁਤ ਜ਼ਿਆਦਾ ਕਰ ਦਿੱਤੀ ਗਈ ਹੈਗੀ, ਜਦਕਿ ਸਾਡਾ ਕੋਈ ਕਸੂਰ ਵੀ ਨਹੀਂ ਹੈਗਾ ਸੀ ਇਸ ਚੀਜ਼ ਦੇ ਵਿੱਚ, ਇਹਦਾ ਸਿਰਫ ਇਹੀ ਕਸੂਰ ਹੈਗਾ ਸੀਗਾ ਕਿ ਇਹਨੇ ਆਪਣੀ ਸਿਸਟਰ ਦਾ ਸਾਥ ਦਿੱਤਾ। ਦੱਸੋ ਸਿਸਟਰ ਦਾ ਸਾਥ ਦੇਣਾ ਕੋਈ ਗਲਤ ਗੱਲ ਹੈਗੀ ਹੈ? ਬੰਦਾ ਜੇ ਇੱਕ ਬੰਦੇ ਦਾ ਆਪਣੇ ਭਰਾ, ਜੇ ਉਹਦਾ ਭਰਾ ਉਹਦਾ ਸਾਥ ਦਿੰਦਾ ਹੈਗਾ ਕਿ ਹਾਂ ਵੀ ਉਹਦਾ ਭਰਾ ਉਹਦੇ ਨਾਲ ਖੜਾ ਹੈਗਾ, ਜੇ ਉਹਦੀ ਭੈਣ ਨੇ ਉਹਦਾ ਸਾਥ ਦਿੱਤਾ ਤਾਂ ਯਾਨੀ ਉਹ ਘਰ ਤੋੜਦੀ ਪਈ ਹੈਗੀ। ਇਹ ਤੁਹਾਡੇ ਲੋਕਾਂ ਦੀ ਅਤੇ ਜਿਹੜੇ ਹੋਰ ਮੀਡੀਆ ਦੇ ਵਿੱਚ ਲੋਕ ਗੱਲਾਂ ਕਰਦੇ ਪਏ ਹੈਗੇ ਨੇ, ਉਹ ਇੱਦਾਂ ਦੀ ਗੱਲਾਂ ਕਰਦੇ ਪਏ ਹੈਗੇ ਨੇ, ਇਹ ਚੀਜ਼ਾਂ ਤੁਹਾਡੇ ਨਾਲ ਵੀ ਹੋ ਸਕਦੀਆਂ ਹੈਗੀਆਂ ਨੇ। ਸਿਸਟਰ ਦਾ ਯਾਨੀ ਇੱਕ ਲੇਡੀ ਦਾ ਸਾਥ ਦੇਣਾ ਬੰਦਿਆਂ ਨੂੰ ਗਵਾਰਾ ਨਹੀਂ ਖਾਂਦਾ, ਈਵਨ ਅੱਜ ਦੀ ਡੇਟ ਦੇ ਵਿੱਚ ਵੀ ਅਸੀਂ ਵੈਸਟਰਨ ਕਲਚਰ ਨੂੰ ਅਸੀਂ ਫੋਲੋ ਕਰਨਾ ਚਾਹੁੰਦੇ ਹੈਗੇ, ਲੇਕਿਨ ਜਿਹੜੀ ਸਾਡੀ ਸੋਚ ਹੈਗੀ ਹੈ ਉਹੀ ਤੱਕਿਆਂ ਨੂੰ ਅਸੀਂ ਸਾਡੀ ਸੋਚ ਹੈਗੀ ਹੈ,
ਉਹ ਚੇਂਜ ਹੋ ਵੀ ਨਹੀਂ ਰਹੀ ਹੈਗੀ ਅਤੇ ਜਿਹੜੇ ਲੋਕ ਬੋਲਦੇ ਪਏ ਨੇ ਮੈਂ ਸੋਰੀ, ਲੇਕਿਨ ਤੁਸੀਂ ਵੀ ਉਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦੇ ਪਿਓ। ਤੁਹਾਡੇ ਤੋਂ ਵਿੱਚੋਂ ਵੀ ਇੱਕ ਬੰਦਾ ਨਹੀਂ ਆ ਕੇ ਬੋਲਿਆ ਹੈਗਾ ਕਿ ਹਾਂ ਵੀ ਇਹ ਲੇਡੀਜ਼ ਜੋ ਵੀ ਇਹ ਸਹੀ ਬੋਲਦੀ ਪਈ ਹੈਗੀ। ਇੱਕ ਸਿੰਗਲ ਮੀਡੀਆ ਨੇ ਦੇਖੋ ਸਾਡੀ ਹੈਲਪ ਨਹੀਂ ਕੀਤੀ, ਲੇਕਿਨ ਸਾਨੂੰ ਫਿਰ ਵੀ ਅੱਜ ਅਸੀਂ ਆਏ ਹਾਂ, ਦੇਖੋ ਸਾਨੂੰ ਤੁਹਾਡੇ 'ਤੇ ਇੱਕ ਵਿਸ਼ਵਾਸ ਹੈਗਾ। ਨਹੀਂ ਸਰ, ਅਸੀਂ ਦੇਖੋ ਸਾਨੂੰ ਤੁਹਾਡੇ 'ਤੇ ਹਜੇ ਵੀ ਵਿਸ਼ਵਾਸ ਹੈਗਾ, ਅਸੀਂ ਤਾਂ ਦੁਬਾਰਾ ਅਸੀਂ ਫਿਰ ਅਸੀਂ ਮੀਡੀਆ ਦੇ ਵਿੱਚ ਆਏ ਹੈਗੇ। ਸਾਰੇ ਮੀਡੀਆ ਵਾਲੇ ਨਹੀਂ ਦੇਖੋ ਸਰ, ਅਸੀਂ ਆਪਣੀ ਐਲੀਗੇਸ਼ਨ ਹੀ ਤੁਹਾਨੂੰ ਇੱਕ, ਅਸੀਂ ਇੱਕ ਆਪਣੀ ਗੱਲ ਰੱਖਣ ਆਏ ਹੈਗੇ। ਜੇ ਅਸੀਂ ਮੀਡੀਆ 'ਤੇ ਦੇਖੋ ਐਲੀਗੇਸ਼ਨ ਲਗਾਉਣਾ ਹੁੰਦਾ ਅਸੀਂ ਮੀਡੀਆ ਦੇ ਵਿੱਚ ਕਿਉਂ ਆਉਂਦੇ? ਸਾਨੂੰ ਮੀਡੀਆ 'ਤੇ ਦੇਖੋ ਵਿਸ਼ਵਾਸ ਹੈਗੇ, ਅਸੀਂ ਤਾਂ ਹੀ ਅਸੀਂ ਦੁਬਾਰਾ ਆਏ ਆਏ ਹੈਗੇ। ਨਹੀਂ ਦੇਖੋ ਅਸੀਂ ਆਪਣੀ ਦੇਖੋ ਇੱਕ ਗੱਲ ਰੱਖਣ ਆਏ ਹੈਗੇ ਹਾਂ। ਮੈਂ ਤੁਹਾਨੂੰ ਦੇਖੋ ਪਹਿਲਾਂ ਮੈਂ ਆਪਣੀ ਇੱਕ ਗੱਲ, ਅਸੀਂ ਪਹਿਲੇ ਹਾਂਜੀ ਹਾਂਜੀ ਜੀ 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 ਸਰ, ਕੁਛ ਇੱਕ ਮੀਡੀਆ ਵਾਲੇ ਹੈ ਉਹਨਾਂ ਦੀ ਗੱਲ ਕਰ ਰਹੇ ਹਾਂ ਅਸੀਂ। ਦੇਖੋ ਸਰ, ਅਸੀਂ ਸਾਰੇ ਮੀਡੀਆ ਵਾਲੇ ਨਹੀਂ, ਅਸੀਂ ਇੱਕ ਨੌਰ, ਅਸੀਂ ਦੇਖੋ ਤੁਹਾਡੇ 'ਤੇ ਇੱਕ ਗੱਲ ਕਰ ਦੱਸਦੇ ਪਏ ਹੈਗੇ ਤੁਹਾਨੂੰ। ਬਿਲਕੁਲ ਬਿਲਕੁਲ ਜੀ ਜੀ ਸਰ, ਨਹੀਂ ਨਹੀਂ ਬਿਲਕੁਲ ਨਹੀਂ। ਸਰ ਇਸ ਟੋਪਿਕ 'ਤੇ ਗੱਲ ਨਹੀਂ ਕੀਤੀ ਕਿਉਂਕਿ ਮਨੀਸ਼ਾ ਗੁਲਾਟੀ ਨੇ ਤੁਹਾਨੂੰ ਪਤਾ ਹੀ ਆ ਉਦੋਂ ਇੱਕਦਮ ਕਰੈਕਟ ਮਨਾ ਕਰ ਦਿੱਤਾ ਸੀ ਸਾਡਾ, ਉਹਨਾਂ ਤੋਂ ਕੋਈ ਵਾਸਤਾ ਨਹੀਂ ਜੀ ਸਰ। ਸਾਡੇ ਕੋਲ ਟਾਈਮ ਸੀ, ਸਾਨੂੰ ਇਹ ਸਰ ਅਸੀਂ ACP ਜਿਹੜੇ ਜਵਾਬ ਦਿੰਦੇ ਤੁਹਾਨੂੰ ਕਿਦਾਂ ਕਿਦਾਂ ਕਰੇ ਨਾ ਦੁਬਾਰਾ ਸਰ ਕੰਪਲੇਂਟ ਹੋਈ ਹੈ ਕੋਈ ਤੁਹਾਡੇ ਕੋਲ, ਕਿਉਂਕਿ ਮਨੀਸ਼ਾ ਗੁਲਾਟੀ ਉਹਨਾਂ ਨੇ, ਮਨੀਸ਼ਾ ਗੁਲਾਟੀ ਉਹਨਾਂ ਨੇ ਤੁਹਾਨੂੰ ਕਿਹਾ ਸੀਗਾ ਕਿ ਜੇਕਰ ਤੁਹਾਨੂੰ ਅੱਜ ਵੀ ਪ੍ਰੋਬਲਮ ਹੈ ਉਹਨਾਂ ਨੂੰ ਕੰਪਲੇਂਟ ਕਰੋ ਜੀ 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 ਜੇਕਰ ਅਸੀਂ ਲੋਕਲ ਤੋਂ ਇਹਨਾਂ ਕਿਹੜੇ ਅੱਗੇ ਤੁਹਾਡੇ ਕੀ ਨਹੀਂ 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 ਤੁਸੀਂ ਦੱਸੋ, ਨਹੀਂ ਤੁਸੀਂ ਦੱਸੋ, ਤੁਸੀਂ ਦੱਸੋ ਦੁਬਾਰਾ ਕੰਪਲੇਂਟ ਕੀਤੀ ਕੋਈ ਤੁਹਾਡੇ ਖਿਲਾਫ ਦੇ ਖਿਲਾਫ? ਕਿਉਂਕਿ ਸਾਡੀ ਜਿਹੜੀ ਆਲਰੇਡੀ ਕੰਪਲੇਂਟ ਗਈ ਹੋਈ ਸੀਗੀ ਇਹਦੇ, ਜਿਹੜੀ ਇਹਨਾਂ ਦੀ ਸਿਸਟਰ ਵੱਲੋਂ MLR ਗਈ ਹੋਈ ਸੀਗੀ, ਠੀਕ ਹੈ, ਉਹਦੇ 'ਤੇ ਕੋਈ ਸਮਝੌਤਾ ਨਹੀਂ ਹੋਇਆ ਸੀਗਾ, ਉਹਦੇ 'ਤੇ ਈਵਨ ਕੋਈ ਵੀ ਐਕਸ਼ਨ ਨਹੀਂ ਲਿੱਤਾ ਗਿਆ ਹੈਗਾ। ਦੇਖੋ ਉੱਥੇ ਸਾਰਾ ਕੁਛ ਖਤਮ ਹੈਗਾ। ਅਸੀਂ ਇੱਥੇ ਅਸੀਂ ਕਿਉਂ ਆਏ ਹੈਗੇ ਹਾਂ ਕਿ ਸਾਨੂੰ, ਮੈਂ ਤੁਹਾਨੂੰ ਇੱਕ ਸਟਾਰਟਿੰਗ ਦੇ ਵਿੱਚ ਇਹੀ ਚੀਜ਼ ਕੀਤੀ ਹੈਗੀ ਕਿ ਅਸੀਂ ਪ੍ਰੈਸ ਕਾਨਫਰੰਸ ਨਹੀਂ ਕਰਨੀ ਹੈਗੀ ਸੀਗੀ। ਸਾਡਾ ਜਿਹੜਾ ਮੇਨ ਮੋਟਿਵ ਇੱਥੇ ਆਉਂਦਾ ਹੈਗਾ ਕਿ ਸਾਨੂੰ ਦੇਖੋ, ਸਾਨੂੰ ਇਹ ਲੱਗਦਾ ਪਿਆ ਕਿ ਸਾਡੀ ਜਾਨ ਨੂੰ ਦੇਖੋ ਖਤਰਾ ਹੈਗਾ, ਸਾਡੇ ਨਾਲ ਕੁਛ ਵੀ ਹੋ ਸਕਦਾ ਹੈਗਾ। ਉਹਦਾ ਰੀਜ਼ਨ ਕੀ ਹੈਗਾ ਕਿ ਸਾਨੂੰ ਫੋਲੋ ਅਪ ਕੀਤਾ ਜਾ ਰਿਹਾ ਹੈਗਾ। ਅਸੀਂ ਕਿਤੇ ਵੀ ਜਾਂਦੇ ਹੈਗੇ ਹਾਂ, ਕਿਹੜੀ ਜਗ੍ਹਾ ਦੇ ਵਿੱਚ, ਮੈਂ ਈਵਨ ਸਾਡੇ ਕੋਲ ਸਾਡੇ ਕੋਲ ਦੇਖੋ ਆ ਸਰ, ਹਾਂਜੀ ਜੀ 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 ਨਹੀਂ ਅਸੀਂ
ਦੇਖੋ ਇਹੀ ਤਾਂ ਅਸੀਂ ਜਾਣਨਾ ਚਾਹੁੰਦੇ ਹੈਗੇ ਹਾਂ ਕਿ ਸਾਨੂੰ ਫੋਲੋਅਪ ਕਿਉਂ ਕੀਤਾ ਜਾ ਰਿਹਾ ਹੈਗਾ। ਅਸੀਂ ਕੰਪਲੇਂਟ ਅਸੀਂ ਨਹੀਂ ਕੀਤੀ ਹੈਗੀ ਜਿਹੜੀ ਸਾਡੀ ਪਹਿਲਾਂ, ਦੇਖੋ ਦਰਖਾਸਤ ਨਹੀਂ ਸੁਣੀ ਗਈ ਹੈਗੀ ਸੀਗੀ, ਮੇਰੀ ਗੱਲ ਸੁਣੋ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਉਹਨਾਂ ਦਾ ਰਾਜ਼ੀਨਾਮਾ ਹੋ ਗਿਆ, ਅਸੀਂ ਇਸ ਚੀਜ਼ ਨੂੰ ਅਸੀਂ ਵੀ ਕਹਿ ਰਹੇ ਕਿ ਹਾਂ ਵੀ ਉਹਨਾਂ ਦਾ ਰਾਜ਼ੀਨਾਮਾ ਹੋ ਗਿਆ, ਅਸੀਂ ਨਹੀਂ ਆਉਣਾ ਸੀਗਾ। ਤੁਹਾਨੂੰ ਮੈਂ ਇੱਕ ਵਰਡਿੰਗ ਦੁਬਾਰਾ, ਮੈਂ ਵਾਰੀ ਵਾਰੀ ਇਹੀ ਬੋਲ ਰਿਹਾ, ਅਸੀਂ ਕਿਉਂ ਅਸੀਂ ਆਉਂਦੇ ਪਏ ਹੈਗੇ ਹਾਂ ਕਿ ਸਾਨੂੰ ਖਤਰਾ ਸਾਨੂੰ ਮਹਿਸੂਸ ਹੁੰਦਾ ਪਿਆ ਹੈਗਾ। ਦੇਖੋ ਸਾਡੀ ਰਾਜ਼ੀਨਾਮਾ ਹੋਣ ਤੋਂ ਪਰਸਨ ਆ ਰਹੇ ਆ, ਸਾਡੇ ਕੋਲ ਅਨਨੋਨ ਪਰਸਨ ਆ ਰਹੇ, ਸਾਡੇ ਕੋਲ ਪਰਸਨ ਆ ਰਹੇ ਆ, ਕਿਉਂ ਆ ਰਹੇ, ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ, ਕਿਉਂ ਦਿੱਤੀਆਂ ਜਾਂਦੀਆਂ ਜੀ? ਬਿਲਕੁਲ ਨਹੀਂ ਦਿੱਤੀ, ਬਿਲਕੁਲ ਹੋ ਗਿਆ ਜੀ, ਹਾਂਜੀ ਹਾਂਜੀ, ਠੀਕ ਹੈ ਬਿਲਕੁਲ। ਸਰ ਸਾਨੂੰ, ਅਸੀਂ ਤੁਹਾਨੂੰ ਕੀ ਕਹਿ ਰਹੇ, ਸਾਨੂੰ ਵੀ ਇਸ ਚੀਜ਼ ਦੀ ਨੌਲੇਜ ਨਹੀਂ ਹੈਗੀ। ਦੇਖੋ ਮੇਰੀ ਗੱਲ ਸੁਣੋ, ਜਿਹੜੀ ਦੇਖੋ ਲਾਈਵ ਦੀ ਉਹਨਾਂ ਦੀ ਗੱਲ ਇੱਕ ਅਲੱਗ ਰਹੀ, ਲੇਕਿਨ ਜਿਹੜੇ ਸਾਡੇ 'ਤੇ ਉਹਨਾਂ ਨੇ ਐਲੀਗੇਸ਼ਨ ਲਗਾਏ ਹੈਗੇ ਨੇ, ਸਾਡੇ ਦੱਸੋ, ਸਾਨੂੰ ਨਹੀਂ ਪਤਾ ਹੈਗਾ ਕਿ ਉਹਨਾਂ ਦੇ ਦੇਖੋ ਕਿੰਨੇ ਫੋਲੋਅਰਸ ਹੈਗੇ ਨੇ ਜਿਹੜੇ ਉਹਨਾਂ ਨੂੰ ਫੋਲੋ ਕਰਦੇ ਹੈਗੇ ਨੇ, ਉਹਨਾਂ ਦੀ ਗੱਲ ਸੁਣਦੇ ਨੇ। ਇੱਕ ਛੋਟੀ ਜਿਹੀ ਨਿਊਜ਼ ਦੇ ਨਾਲ ਜਿਹੜੀ ਉਹਨਾਂ ਨੇ, ਦੇਖੋ ਜਦੋਂ ਸਾਡੀ ਤੁਸੀਂ ਗੱਲ ਹੀ ਨਹੀਂ ਸੁਣ ਰਹੇ, ਤੁਹਾਨੂੰ ਅਸੀਂ ਤੁਹਾਨੂੰ ਸਾਨੂੰ ਮੌਕਾ ਦਿਓ ਨਾ, ਨਹੀਂ ਨਹੀਂ ਅਸੀਂ ਤੁਹਾਨੂੰ ਦੇਖੋ ਅਸੀਂ ਕੀ ਬੋਲ ਰਹੇ ਹਾਂ, ਤੇ ਅਸੀਂ ਠੀਕ ਹੈ, ਤੇ ਅਸੀਂ ਤੁਹਾਡੀ ਗੱਲ ਦੇ ਇੱਕ ਜਵਾਬ ਦੇ ਰਹੇ ਹਾਂ, ਤੇ ਸਾਡੀ ਨਹੀਂ 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 ਹੁਣ ਤੁਸੀਂ ਜੀ ਜੀ ਹਾਂਜੀ ਬਿਲਕੁਲ ਨਹੀਂ ਕਰਵਾਈ। ਉਹਦਾ ਰੀਜ਼ਨ ਇਹ ਹੈਗਾ ਕਿ ਉਹਨਾਂ ਦੀ ਅਪਰੋਚ ਪੁਲਿਸ ਵਾਲੇ ਬੰਦਿਆਂ ਦੇ ਨਾਲ ਹੈਗੀ ਹੈ, ਅਤੇ ਉਹ ਉਹਨਾਂ ਦਾ ਮਿਸਯੂਜ਼ ਕਰਦੇ ਪਏ ਹੈਗੇ ਨੇ। ਕਹਿਣ ਦਾ ਮਤਲਬ ਹੈਗਾ ਕਿ ਸਾਡੀ ਅਸੀਂ ਜੇ ਉਹਨਾਂ ਨਾਲ ਗੱਲ ਅਸੀਂ ਰੱਖਦੇ ਹੈਗੇ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਈਵਨ ਸਰ ਸਾਨੂੰ ਜਦੋਂ ਮਨੀਸ਼ਾ ਮੈਮ ਨੇ ਕਿਹਾ ਸੀਗਾ ਕਿ ਤੁਹਾਡੀ ਜਿਹੜੀ ਪ੍ਰੋਬ, ਮੇਰੀ ਗੱਲ ਸੁਣੋ, ਮੈਂ ਉਹ ਅੱਗੇ ਗੱਲ ਕੰਟੀਨਿਊ ਕਰ ਰਿਹਾ, ਮੈਂ ਉਸੇ ਗੱਲ ਨੂੰ ਨਹੀਂ ਮੈਂ ਰਿਪੀਟ ਕਰ ਰਿਹਾ ਹੈਗਾ ਵਾਂ ਕਿ ਮਨੀਸ਼ਾ ਮੈਮ ਨੇ ਜਦੋਂ ਕਿਹਾ ਸੀਗਾ ਕਿ ਮੇਰਾ ਜਿਹੜਾ ਕੰਮ ਸੀਗਾ ਇਹਨਾਂ ਦਾ ਸਮਝੌਤਾ ਕਰਵਾਉਣਾ, ਉਹ ਮੈਂ ਕਰਵਾ ਦਿੱਤਾ, ਹੁਣ ਤੁਹਾਡਾ ਜਿਹੜਾ ਇਸ਼ੂ ਹੈਗਾ, ਤੁਸੀਂ ACP ਸਿਵਲ ਜਿਹੜੇ ਧਾਲੀਵਾਲ ਧਾਲੀਵਾਲ ਹੈਗੇ ਨੇ ਉਹਨਾਂ ਨਾਲ ਜਾ ਕੇ ਤੁਸੀਂ ਗੱਲਬਾਤ ਕਰੋ, ਠੀਕ ਹੈ? ਉਸ ਤੋਂ ਬਾਅਦ ਸਾਨੂੰ ਇੱਕ ਦੋ ਦਿਨਾਂ ਦੇ ਬਾਅਦ ਸਾਨੂੰ ਸਾਡੀ ਆਪਣਾ ਭਾਰਗਵ ਕੈਂਪ ਦੀ ASI ਦਾ ਮੈਡਮ ਦਾ ਫੋਨ ਆਇਆ ਕਿ ACP ਸਾਹਿਬ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦੇ ਹੈਗੇ ਨੇ, ਅਤੇ ਉਹਨਾਂ ਨੇ ਤੁਹਾਨੂੰ ਬੁਲਾਇਆ ਹੈਗਾ 12 ਵਜੇ ਨੂੰ, ਅਤੇ ਉਹ ਸਾਡੇ ਨਾਲ ਇੱਕ ਹਿਸਾਬ ਦੀ ਪੈਚਅਪ ਕਰਨ ਦੀ ਗੱਲ ਕਰਦੇ ਪਏ ਸੀ ਕਿ ਜੋ ਹੋ ਗਿਆ ਸੋ ਹੋ ਗਿਆ, ਤੁਸੀਂ ਵੀ ਮੇਰੇ ਵੱਡੇ ਬੇਟੇ ਵਰਗੇ ਹੈਗੇ ਹੋ, ਅਤੇ ਇਸ ਤਰੀਕੇ ਨਾਲ ਉਹ ਗੱਲ ਨੂੰ ਸੁਲਝਾਉਣ ਦੀ ਕਰਦੇ ਪਏ ਗਏ ਸੀ। ਸਰ ਸਾਡੀ ਤਾਂ ਫਿਰ ਇਹਦਾ ਮਤਲਬ ਕੋਈ ਗੱਲ ਸੁਣੀ ਨਹੀਂ ਗਈ, ਅਸੀਂ ਤਾਂ ਕਿਹਾ, ਮੈਡਮ ਨੇ, ਮੇਰੀ ਵਾਈਫ ਨੇ ਕਿਹਾ ਹੈਗਾ ਕਿ ਅਸੀਂ ਆਪਣਾ ਆਫਿਸ ਆ ਕੇ ਤੁਹਾਡੇ ਸਟੇਸ਼ਨ ਆ ਕੇ ਅਸੀਂ ਗੱਲ ਕਰਨਾ ਚਾਹੁੰਦੇ ਹੈਗੇ ਹਾਂ, ਅਤੇ ਕਹਿ ਰਹੇ ਚਲੋ ਠੀਕ ਹੈ। ਇਹ ਗੱਲ ਆਈ ਥਿੰਕ ਫਰਾਈਡੇ ਦੀ ਹੈਗੀ ਹੈ, ਅਤੇ ਉਹਨਾਂ ਨੇ ਕਿਹਾ ਸੀਗਾ ਕਿ ਤੁਹਾਨੂੰ ਅਸੀਂ ਮੰਡੇ ਨੂੰ ਬੁਲਾਉਂਦੇ ਹਾਂ, ਅਸੀਂ ਮੰਡੇ ਨੂੰ ਵੇਟ ਕੀਤਾ, ਠੀਕ ਹੈ, ਅਸੀਂ ਮੈਡਮ ਨੂੰ ਕਾਲ ਕੀਤਾ ਕਿਉਂਕਿ ਮੈਡਮ ਦੇ ਥਰੂ ਸਾਡੀ ਗੱਲ ਹੋਈ ਸੀ, ਕਾਨਫਰੰਸ ਹੋਈ ਸੀ, ਅਸੀਂ ਮੈਡਮ ਨੂੰ ਫੋਨ ਲਾਇਆ, ਮੈਡਮ ਨੇ ਨਹੀਂ ਆਨਸਰ ਕੀਤਾ। ਉਸ ਤੋਂ ਆਈ ਥਿੰਕ ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਉਹਨਾਂ ਦੀ ਕਾਲ ਆਈ ਕਿ ਮੈਂ ਕਿਤੇ ਬਿਜ਼ੀ ਸੀ, ਮੈਂ ਆਨਸਰ ਨਹੀਂ ਕਰ ਸਕੀ, ਅਤੇ ਅਸੀਂ ਕਿ ਠੀਕ ਹੈ ਕੋਈ ਗੱਲ ਨਹੀਂ, ਸਾਡੀ ਕੀ ਕਹਿੰਦੇ ਨੇ ACP ਸਾਹਿਬ ਦੇ ਨਾਲ ਸਾਡੀ ਦੁਬਾਰਾ ਤੋਂ ਗੱਲ ਕਰਾ ਦਿਉ, ਕਿਉਂਕਿ ਸਾਡੀ ਹਜੇ ਜਿਹੜੀ ਸਾਡੀ ਜਿਹੜਾ ਸਾਡੇ ਇਸ਼ੂ ਨੇ ਉਹ ਖਤਮ ਨਹੀਂ ਹੋਏ, ਉਹ ਆਪਣਾ ਪੈਚਅਪ ਕਰਕੇ ਚਲੇ ਗਏ, ਲੇਕਿਨ ਸਾਡੇ 'ਤੇ ਜੋ ਐਲੀਗੇਸ਼ਨ ਸਰ ਲੱਗੇ ਨੇ, ਅਸੀਂ ਚੋਰੀ ਕੀਤੀ ਹੈ, ਉਹਦੇ ਫਾਦਰ ਸਾਹਿਬ ਨੂੰ ਅਸੀਂ ਮਾਰਿਆ ਹੈਗਾ, ਅਸੀਂ ਉਹਦਾ ਘਰ ਦੇ 3-4 ਸਾਲ ਅਸੀਂ ਰਹੇ ਹੈਗੇ ਹਾਂ,
ਅਸੀਂ ਕਿਰਾਇਆ ਪੇ ਨਹੀਂ ਕੀਤਾ, ਸਾਨੂੰ ਉੱਥੇ ਜ਼ਬਰਦਸਤੀ ਅਸੀਂ ਉਹਨੂੰ ਕੱਢਿਆ ਗਿਆ ਹੈਗਾ, ਸਾਨੂੰ ਕੱਢਿਆ ਉਹਨੇ ਕੱਢਿਆ, ਅਸੀਂ ਕਬਜ਼ਾ ਕਰਨਾ ਚਾਹੁੰਦੇ ਹੈਗੇ ਸੀਗੇ, ਉਹਦੇ ਘਰ ਦੀ ਡੁਪਲੀਕੇਟ ਅਸੀਂ ਚਾਬੀ ਬਣਾਈਆਂ ਹੈਗੀਆਂ ਨੇ। ਸਰ ਉਸ ਚੀਜ਼ 'ਤੇ ਜਵਾਬ ਕੌਣ ਦੇਗਾ? ਉਸ ਚੀਜ਼ 'ਤੇ ਤੁਸੀਂ ਦੱਸੋ ਸਾਨੂੰ ਜਵਾਬ ਕੌਣ ਦੇਗਾ? ਕਿਉਂਕਿ ਸਾਡੀ ਜਿਹੜੀ ਗੱਲ ਹੈਗੀ ਹੈ, ਜੇ ਤੁਸੀਂ ਪੁਲਿਸ ਦੀ ਗੱਲ ਕਰਦੇ ਹੋ ਕਿ ਅਸੀਂ ਕੰਪਲੇਂਟ 'ਚ ਕਿਉਂ ਨਹੀਂ ਗਏ, ਸਾਡੀ ਪਹਿਲੀ ਗੱਲ ਤੋਂ ਉਹਨਾਂ ਨੇ ਕੋਈ ਰਿਸਪੋਂਸ ਨਹੀਂ ਦਿੱਤਾ, ਕੋਈ ਪੋਜ਼ਿਟਿਵ ਰਿਸਪੋਂਸ ਨਹੀਂ ਹੈ। ਹਰ ਕੇ ਸਾਨੂੰ ਅਸੀਂ ਆਪਣੇ ਸਾਰੇ ਮੀਡੀਆ ਕੋਲ ਅਸੀਂ ਫਿਰ ਆਏ ਹਾਂ, ਕਿਉਂਕਿ ਸਰ ਸਾਨੂੰ ਮੀਡੀਆ 'ਤੇ ਵਿਸ਼ਵਾਸ ਹੈ। ਮੀਡੀਆ ਇੱਕ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੇ ਇੱਕ ਆਮ ਬੰਦੇ ਦੀ ਗੱਲ, ਮੈਂ ਕਹਿੰਦਾ, ਟੌਪ 'ਤੇ ਪਹੁੰਚਾ ਸਕਦੀ ਹੈਗੀ ਹੈ। ਸਰ ਇਸੇ ਕਰਕੇ ਅੱਜ ਅਸੀਂ ਤੁਹਾਡੇ ਕੋਲ ਆਏ ਹੈਗੇ ਹਾਂ। ਸਰ ਬਿਲਕੁਲ ਵੀ ਨਹੀਂ, ਉਹਨਾਂ ਨੇ ਸਾਡੀ ਗੱਲ ਦਾ ਕੋਈ ਰਿਸਪੋਂਸ ਤੱਕ ਨਹੀਂ ਦਿੱਤਾ। ਉਹਨਾਂ ਨੇ ਕਾਲ ਕੀਤੀ ਹੈਗੀ ਹੈ, ਈਵਨ ਸਿਰਫ ਉਹਨਾਂ ਨੇ ਸਿਰਫ ਇੱਕ ਸਾਹਿਬ ਦੀ ਸੁਰਾਨਾਮਾ ਕਰਾਉਣ ਦੀ ਗੱਲ ਕੀਤੀ ਕਿ ਜੋ ਹੋ ਗਿਆ ਸੋ ਹੋ ਗਿਆ। ਉਹਨਾਂ ਦਾ ਕਹਿਣ ਨਹੀਂ ਸਰ, ਅਸੀਂ ਐਲੀਗੇਸ਼ਨ ਨਹੀਂ ਲਗਾ ਰਹੇ ਹੈਗੇ। ਜੀ ਹਾਂ, ਬਿਲਕੁਲ ਸਰ, ਨਹੀਂ ਸਰ, ਸਰ ਇਸ ਇੱਕ ਮਿੰਟ, ਹਾਂ ਉਹ ਮੇਰੇ ਦਿਮਾਗ ਦੇ ਵਿੱਚ ਨਿਕਲ ਗਿਆ। ਅਸੀਂ ਮੈਂ ਲੈ ਕੇ ਆਇਆ ਵਾਂ, ਅਸੀਂ ਇਹਦੀ ਜਿਹੜੀ ਦਰਖਾਸਤ ਹੈਗੀ ਹੈ ਆਪਣਾ ਕੀ ਕਹਿੰਦੇ ਹੈਗੇ ਨੇ, ਸੀਪੀ ਸਰ ਨੂੰ ਪਾਈ ਹੈਗੀ ਹੈ, ਉਸ ਤੋਂ ਬਾਅਦ AGP ਕ੍ਰਾਈਮ ਨੂੰ ਮੈਂ ਮੇਲ ਕੀਤੀ ਹੈਗੀ ਹੈ, ਠੀਕ ਹੈ। ਉਸ ਤੋਂ ਬਾਅਦ ਅਸੀਂ PMO ਨੂੰ, CM ਸਰ ਨੂੰ ਅਤੇ ਹਿਊਮਨ ਰਾਈਟਸ ਵਾਲਿਆਂ ਨੂੰ ਕਿ ਜੋ ਸਾਡੇ ਨਾਲ ਵਕਤ, ਮੈਂ ਕਾਪੀ ਮੇਰੇ ਕੋਲ ਸ਼ਾਇਦ ਮੇਲ ਦੇ ਵਿੱਚ ਪਈ ਹੋਵੇ, ਮੈਂ ਮੇਲ ਦੇ ਵਿੱਚ ਮੈਂ ਤੁਹਾਨੂੰ ਉਹਨੇ ਪ੍ਰਿੰਟ ਆਊਟ ਕਰਕੇ ਮੈਂ ਦੇ ਦਾਂਗਾ ਕਿ ਮੈਂ ਉਹਨਾਂ ਨੂੰ ਕੀ ਲਿਖਿਆ ਉਹਦੇ ਵਿੱਚ ਹੈਗਾ ਕਿ ਸਾਨੂੰ ਸਭ ਤੋਂ ਮੇਨ ਚੀਜ਼ ਹੈ ਕਿ ਸਾਨੂੰ ਦੇਖੋ ਧਮਕੀਆਂ ਮਿਲਦੀਆਂ ਪਈਆਂ ਨੇ, ਸਾਨੂੰ ਫੋਲੋਅਪ ਕੀਤਾ ਜਾ ਰਿਹਾ ਸਾਡੀ ਜਾਨ ਨੂੰ। ਨਹੀਂ ਸਰ, ਸਾਨੂੰ ਦੇਖੋ ਫੈਮਿਲੀ ਵੱਲੋਂ ਇੱਕ ਵੱਲੋਂ ਸਾਡੀ ਆਪਣੀ ਹੀ ਫੈਮਿਲੀ ਵੱਲੋਂ ਸਾਨੂੰ ਥ੍ਰੈਟ ਆ ਰਹੇ ਹੈਗੇ ਨੇ, ਸਾਨੂੰ ਲੋਕਾਂ ਕੋਲੋਂ ਗੱਲਾਂ ਸਾਨੂੰ ਨੂੰ ਮਿਲਦੀਆਂ ਪਈਆਂ ਹੈਗੀਆਂ ਨੇ। ਸਰ ਸਾਨੂੰ ਧਮਕੀਆਂ ਕੀ ਕਹਿੰਦੇ ਹੈਗੇ ਨੇ ਕਿ ਜਿਹੜੀ ਸਾਡੀ ਫੋਟੋ ਹੈ ਡਿਲੀਟ ਕਰ ਦਿੱਤੀ ਹੈ ਜਾਨ, ਨਹੀਂ ਤਾਂ ਕੁਛ ਪ੍ਰੂਫ ਆ ਸਾਡੇ ਕੋਲ, ਜੋ ਵੀਡੀਓਜ਼ ਆ ਸਾਡੇ ਕੋਲ ਸਿਰਫ ਉਹਦੇ ਟੌਪਿਕ ਦੇ ਉੱਤੇ ਕਹਿ ਰਹੇ ਆ ਕਿ ਉਹ ਡਿਲੀਟ ਕੀਤੀਆਂ ਜਾਣ, ਨਹੀਂ ਤਾਂ ਇਹਦਾ ਅਸਰ ਬਹੁਤ ਬੁਰਾ ਹੋਊਗਾ। ਔਰ ਦੂਸਰੀ ਚੀਜ਼ ਆ, ਇਹ ਬੰਦਾ ਇਹ ਚੀਜ਼ ਕਹਿ ਰਿਹਾ ਵਾ ਕਿ ਜਿਹੜੀ ਵੀਡੀਓਜ਼ ਆ ਇਹਦੀਆਂ, ਜੋ ਮਤਲਬ ਸਿਸਟਰ ਨੇ ਛੋਟੀ ਨੇ ਜਿਹਨੂੰ ਮਾਰਿਆ ਸੀ, ਮੋਗੇ ਵਾਲੀ ਸਿਸਟਰ ਜਿਹਨੂੰ ਮਾਰਿਆ ਸੀ ਵਿਚਾਰੀ ਨੂੰ, ਉਹ 1.5 ਮਹੀਨਾ ਤੋਂ ਸਾਡੇ ਕੋਲ ਰਹਿੰਦੀ ਪਈ ਸੀ, ਉਹਨੂੰ ਟਾਈਫਾਇਡ ਸੀ ਗੁੜੀਆ ਨੂੰ, ਛੋਟੀ ਸਿਸਟਰ ਨੂੰ ਮੇਰੀ ਨੂੰ, ਉਹਦਾ ਇਲਾਜ ਵੀ ਅਸੀਂ ਕਰਵਾ ਰਹੇ ਸੀ ਇੱਥੇ ਸਾਡੇ ਕੋਲ ਆਈ ਸੀ, ਉਹ ਇੰਨੀ ਕੁ ਬਿਮਾਰ ਸੀ, ਉਸ ਇਸ ਇਨਸਾਨ ਨੇ ਉਸ ਦਿਨ ਉਹਨੂੰ ਵੀ ਮਾਰਿਆ ਔਰ ਉਹਦੀ ਜਿਹੜੀ ਦਰਖਾਸਤ ਗਈ ਹੋਈ ਹੈ ਇਹ ਇਨਸਾਨ ਕਹਿੰਦਾ ਉਹ ਵੀ ਵਾਪਸ ਲਓ, ਇਹ ਧਮਕੀਆਂ ਸਾਨੂੰ ਮਿਲਦੀਆਂ। ਨਹੀਂ ਸਰ, ਅਸੀਂ ਉਸ ਗੱਲ ਨੂੰ ਇਸ਼ੂ ਨਹੀਂ ਬਣਾ ਰਹੇ ਹੈਗੇ। ਸਰ ਮੈਂ ਦੱਸਦਾ ਵਾਂ, ਇੱਕ ਮਿੰਟ ਰੁਕੋ, ਦੇਖੋ ਮਨੀਸ਼ਾ ਗੁਲਾਟੀ ਮੈਮ ਨੇ ਜੋ ਕੀਤਾ, ਮੈਂ ਉਸ ਟੌਪਿਕ 'ਤੇ ਨਹੀਂ, ਮੈਂ ਪੁਆਇੰਟ 'ਤੇ ਨਹੀਂ ਆਉਣਾ ਚਾਹੁੰਦਾ। ਮੈਨੂੰ ਕੀ ਲੱਗਦਾ ਹੈਗਾ ਕਿ ਦੇਖੋ ਮਨੀਸ਼ਾ ਗੁਲਾਟੀ ਨੇ ਜੋ ਆਪਣਾ ਉਹਨਾਂ ਦਾ ਜੋ ਪੈਚਅਪ ਕਰਵਾਤਾ ਬਹੁਤ ਵਧੀਆ ਕਰਤਾ, ਕਿਉਂਕਿ ਐਂਡ ਦੇ ਵਿੱਚ ਦੇਖੋ ਅਸੀਂ ਵੀ ਉਹ ਚੀਜ਼ ਚਾਹੁੰਦੇ ਹੈਗੇ ਸੀ। ਬਟ ਜਿੱਥੋਂ ਤੀਕਰ ਮੈਨੂੰ ਲੱਗਦਾ ਹੈਗਾ, ਜਾਂ ਤਾਂ ਮਨੀਸ਼ਾ ਮੈਡਮ ਨੇ ਉਹ ਵੀਡੀਓਜ਼ ਜਿਹੜੇ ਅਸੀਂ ਪ੍ਰੂਫ ਉਹਨਾਂ ਨੂੰ ਭੇਜੇ ਸੀਗੇ ਉਸ ਵੇਲੇ, ਪਲੱਸ ਕੁਛ ਇੱਕ ਸਾਡੇ ਕੋਲ ਕੀ ਕਹਿੰਦੇ ਨੇ ਸਕਰੀਨਸ਼ਾਟ ਹੈਗੇ ਸੀ ਵਟਸਐਪ ਦੇ, ਜਿਹੜੇ ਉਹਨਾਂ ਦੇ ਅੰਗੇਸਟ ਹੈਗੀਆਂ ਸਨ, ਜਿਹਦੇ ਵਿੱਚ ਉਹ ਕਲੀਅਰ ਦੇਖਦਾ ਪਿਆ ਸੀ ਉਹਨਾਂ ਨੂੰ ਮਾਰਦੇ ਹੈਗੇ ਨੇ, ਜਾਂ ਉਹ ਕਿੰਨੇ ਜ਼ਿਆਦਾ ਮਤਲਬ ਕਿ ਬਰੂਟਲ ਇਨਸਾਨ ਹੈਗੇ ਨੇ, ਕਿ ਜਿਹਨਾਂ ਦੀ ਆਦਤ ਹੀ ਹਮੇਸ਼ਾ ਵਾਈਫ ਨੂੰ ਮਾਰਨਾ ਹੈਗਾ, ਟੋਰਚਰ ਕਰਦੇ ਨੇ ਈਵਨ ਬੱਚਿਆਂ ਨੂੰ। ਸਿਰਫ ਅਸੀਂ ਉਹਨਾਂ ਨੂੰ ਇਹੀ ਪ੍ਰੂਫ ਕਰਨਾ ਚਾਹੁੰਦੇ ਸੀਗੇ ਕਿ ਉਹ ਦਰਿੰਦੇ ਹੈਗੇ ਨੇ, ਤਾਂ ਕਿ ਉਹ ਆਪਣੇ ਬੱਚੇ ਜਨਾਨੀਆਂ ਨੂੰ ਪਹਿਲਾਂ ਵੀ ਮਾਰਦੇ ਸੀ, ਹੁਣ ਵੀ ਮਾਰਦੇ ਨੇ, ਅਤੇ ਇਹ ਜਿਹੜਾ ਇੰਸੀਡੈਂਟ ਹੋਇਆ ਉਦੋਂ ਵੀ ਇਹਨਾਂ ਨੇ ਮਾਰਿਆ ਹੈਗਾ। ਸ਼ਾਇਦ ਉਹਨਾਂ ਨੇ ਉਹ ਵੀਡੀਓਜ਼ ਵਗੈਰਾ ਦੇਖੀ ਨਹੀਂ ਹੈਗੀਆਂ, ਜਿਹਦੀ ਵਜ੍ਹਾ ਨਾਲ ਉਹਨਾਂ ਨੇ ਡਿਸੀਜ਼ਨ ਲੈ ਲਿਆ ਹੈਗਾ, ਜਾਂ ਸਾਨੂੰ ਨਹੀਂ ਪਤਾ ਕਿ ਰੋਜ਼ੀ 'ਤੇ ਕੀ ਪ੍ਰੈਸ਼ਰ ਹੈ,
ਸੁਪਰਵਾਈਜ਼ ਕੀਤਾ ਗਿਆ, ਕਿਉਂਕਿ ਦੇਖੋ ਅਸੀਂ ਅੰਦਰ ਨਹੀਂ ਗਏ ਹੈਗੇ, ਸਿਰਫ ਅਸੀਂ ਅਜ਼ਿਊਮ ਕਰ ਸਕਦੇ ਹਾਂ ਕਿ ਹਾਂ ਵੀ ਇਹ ਚੀਜ਼ ਹੋਈ ਹੋਏਗੀ। ਜਾਂ ਤਾਂ ਜੇ ਮੈਡਮ ਇੱਕ ਲੇਡੀ ਹੈਗੇ ਨੇ, ਜੇ ਮੈਂ ਜੇ ਤੁਸੀਂ ਲੇਡੀ ਹੋਵੋ, ਮੈਂ ਲੇਡੀਜ਼ ਨੂੰ ਉਹ ਵੀਡੀਓ ਦਿਖਾਵਾਂ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੈਗਾ, ਰੋਡ ਦੇ ਨਾਲ ਉਹਨਾਂ ਨੂੰ ਮਾਰਿਆ ਗਿਆ ਹੈਗਾ, ਅਤੇ ਸ਼ਾਇਦ ਉਹ ਡਿਸੀਜ਼ਨ ਨਾ। ਨਹੀਂ, ਮੈਂ ਕਦੇ ਨਹੀਂ ਆਇਆ ਜੀ। ਬਿਲਕੁਲ ਪਤਾ। ਜੀ ਸਰ, ਮੈਂ ਇਹਨਾਂ ਦੇ ਨਾਲ ਹੈਗਾ ਵਾਂ, ਮੈਂ ਇਹਨਾਂ ਦੇ ਹਾਂਜੀ। ਦੇਖੋ ਜਿਨ੍ਹਾਂ ਨਾਲ ਹਾਂਜੀ ਹਾਂਜੀ ਮੈਂ ਅੱਜ ਆਇਆ ਹੈਗਾ ਵਾਂ। ਇਹਦਾ ਕਾਰਨ ਸਰ, ਇਹ ਕਾਰਨ ਇਹ ਹੈਗਾ ਕਿ ਇਹ ਇੱਦਾਂ ਦੀਆਂ ਚੀਜ਼ਾਂ ਤੋਂ ਬਿਲਕੁਲ ਦੂਰ, ਇਹ ਇੱਦਾਂ ਦੀਆਂ ਚੀਜ਼ਾਂ ਬਿਲਕੁਲ ਪਸੰਦ ਹੀ ਨਹੀਂ ਕਰਦੇ, ਕਿਉਂਕਿ ਜੋ ਉਹ ਇਨਸਾਨ ਹੈਗਾ ਨਾ, ਅਸੀਂ ਉਹ ਇਨਸਾਨ ਦੇ ਮੂੰਹ ਲੱਗਣਾ ਨਹੀਂ ਚਾਹੁੰਦੇ। ਮੇਰੀ ਪਹਿਲਾਂ ਤੁਸੀਂ ਮੇਰੀ ਗੱਲ ਸੁਣੋ, ਇੱਕ ਮਿੰਟ ਪਲੀਜ਼ ਸਰ, ਮੈਂ ਪਹਿਲਾਂ ਮੇਰੀ ਗੱਲ ਸੁਣੋ। ਸਿਸਟਮ ਨਾ ਮਾੜਾ ਹੋ ਰਿਹਾ, ਹਮੇਸ਼ਾ ਮੇਰੇ ਨਾਲ ਸੀ, ਹਮੇਸ਼ਾ ਇਹਨਾਂ ਨੂੰ ਪਤਾ ਸੀ, ਹਰ ਇੱਕ ਚੀਜ਼ ਦਾ ਇਹਨਾਂ ਨੂੰ ਪਤਾ ਸੀ, ਹਰ ਇੱਕ ਚੀਜ਼ ਦਾ ਪਤਾ ਸੀ। ਜਦੋਂ ਵੀ ਕੋਈ ਗੱਲ ਹੁੰਦੀ ਸੀ, ਜਦੋਂ ਵੀ ਉਹਦੀ ਮਾਰ ਕੁਟਾਈ ਹੁੰਦੀ ਸੀ, ਇਹ ਉਸੇ ਵੇਲੇ ਉੱਥੇ ਹੁੰਦੇ ਸੀਗੇ, ਉੱਥੇ ਹੁੰਦੇ ਸੀਗੇ। ਨਹੀਂ ਸਰ, ਗੱਲ ਕਰ ਰਹੇ ਨਾ ਸਰ ਨੂੰ, ਫਿਰ ਅਨਸਰ ਕਰ ਰਹੀ ਹਾਂ ਮੈਂ ਸਰ। ਅੱਛਾ ਸਰ, ਦੇਖੋ ਸਾਨੂੰ ਫੋਲੋ ਅਪ ਕੀਤਾ ਜਾ ਰਿਹਾ ਹੈਗਾ, ਅਸੀਂ ਸਰ ਸਾਨੂੰ ਨਹੀਂ ਪਤਾ ਹੈਗਾ ਸਰ, ਅਸੀਂ ਦੇਖੋ ਉਹਦੇ ਹੀ ਫੋਲੋਅਰ ਹੈਗੇ, ਉਹਦੇ ਹੀ ਬੰਦੇ ਹੈਗੇ। ਪਰ ਅਸੀਂ ਜਦੋਂ ਸੀਪੀ ਦੇ ਦਫ਼ਤਰ ਗਏ ਹਾਂ, ਸਰ ਦੇਖੋ ਸਾਨੂੰ ਜਿਸ ਦਿਨ ਅਸੀਂ ਸੀਪੀ ਦੇ ਆਫਿਸ ਗਏ ਹਾਂ, ਸੀਪੀ ਸਾਹਿਬ ਦੇ ਆਫਿਸ ਗਏ ਹਾਂ, ਉੱਥੇ ਵੀ ਲੈਂਬਰ ਦਾ ਬੰਦਾ ਮੌਜੂਦ ਸੀ, ਮੈਂ ਉਹਦੀ ਫੋਟੋ ਵੀ ਕਲਿੱਕ ਕੀਤੀ ਉੱਥੇ। ਹਮੇਸ਼ਾ ਸਾਨੂੰ ਫੋਲੋ ਅਪ, ਅਸੀਂ ਇਹੀ ਕਹਾਂਗੇ ਕਿ ਫੋਲੋ ਅਪ ਕਰਦੇ। ਕੌਣ ਧਮਕੀ ਦਿੰਦੇ? ਨਹੀਂ ਸਾਨੂੰ ਨਹੀਂ ਧਮਕੀ ਦਿੰਦੇ ਸਰ। ਮੇਰੀ ਗੱਲ ਸੁਣੋ, ਜਿੱਥੇ ਮੰਨ ਲਓ ਅਸੀਂ ਤੁਹਾਡੀ ਗੱਲ ਬਿਲਕੁਲ ਸਹੀ ਹੈਗੀ ਹੈ। ਸਾਨੂੰ ਦੇਖੋ, ਸਾਡੇ ਨਾਲ ਜੋ ਇਹ ਹਾਦਸੇ ਹੁੰਦੇ ਪਏ ਹੈਗੇ ਨੇ, ਕੋਈ ਮੇਰਾ ਕੋਈ, ਮੈਂ ਦੂਜੇ ਬੰਦੇ ਨੂੰ ਇੱਥੇ ਕੋਈ ਜਾਣਦਾ ਨਹੀਂ ਹੈਗਾ ਜਲੰਧਰ ਦੇ ਵਿੱਚ, ਨਾ ਹੀ ਮੇਰੀ ਕੋਈ ਵਾਈਫ ਜਾਣਦੀ ਹੈਗੀ ਹੈ, ਅਸੀਂ ਸਿਰਫ ਇੱਕੋ ਹੀ ਇਸੇ ਬੰਦੇ ਨੂੰ ਜਾਣਦੇ ਹੈਗੇ ਹਾਂ। ਅਤੇ ਉਸ ਤੋਂ ਇਲਾਵਾ ਜੋ ਇੰਸੀਡੈਂਟ ਹੋਇਆ, ਤੁਸੀਂ ਇਹ ਦੱਸੋ ਜੇ ਇਹ ਚੀਜ਼ ਤੁਹਾਡੇ ਨਾਲ ਹੋਈ ਹੁੰਦੀ, ਤੁਸੀਂ ਹੋਰ ਕਿਤੇ ਸ਼ੱਕ ਕਰਦੇ ਗਏ? ਲੈਂਬਰ ਵੱਲੋਂ ਤਾਂ ਸਰ ਕਿਉਂ ਨਹੀਂ ਆਈ? ਲੈਂਬਰ ਨੇ ਛੋਟੀ ਸਿਸਟਰ ਨੂੰ ਫੋਨ ਕੀਤਾ, ਇੱਕ ਮਿੰਟ, ਮੇਰੀ ਮੋਗਾ ਸਿਸਟਰ ਆ ਛੋਟੀ, ਜਿਹਨੂੰ ਇਹਨੇ ਉਸ ਦਿਨ ਮਾਰਿਆ, ਉੱਥੇ ਇਹਨੂੰ ਫੋਨ ਗਿਆ ਵਾ ਉਹਦੇ ਹਸਬੈਂਡ ਨੂੰ, ਲੈਂਬਰ ਨੇ ਬਕਾਇਦਾ ਫੋਨ ਕੀਤਾ, ਵਟਸਐਪ ਕਾਲ ਕੀਤੀ ਆ, ਛੋਟੀ ਸਿਸਟਰ ਨੂੰ ਫੋਨ ਕੀਤਾ, ਉਹਦੇ ਹਸਬੈਂਡ ਨੂੰ ਨਹੀਂ ਫੋਨ ਕੀਤਾ, ਗਲੀ 'ਚ ਕਿਸੇ ਨੂੰ ਫੋਨ ਕੀਤਾ, ਕੋਈ ਪੁਲਿਸ ਮੁਲਾਜ਼ਮ ਦਾ ਬੰਦਾ ਸੀ, ਉਹਨੂੰ ਕਾਲ ਗਿਆ, ਉਹਨੂੰ ਕਾਲ 'ਤੇ ਇਹ ਕਿਹਾ ਗਿਆ ਕਿ ਜਿਹੜੀਆਂ ਤੁਹਾਡੇ ਕੋਲ ਵੀਡੀਓਜ਼ ਆ, ਇਹ 2018 ਦੀਆਂ, ਇਹ ਪੁਰਾਣੀਆਂ, ਇਹ ਹੁਣ ਤੁਸੀਂ ਮੈਨੂੰ ਇਹ ਕਰ ਰਹੇ, ਉਹ ਕਰ ਰਹੇ, ਇਹ ਸਾਰਾ ਕੁਝ ਡਿਲੀਟ ਕਰੋ, ਔਰ ਜੋ ਦਰਖਾਸਤ ਦਿੱਤੀ ਅਸਿਸਟੈਂਟ ਨੇ, ਜਿਹਨੂੰ ਮਾਰਿਆ ਉਹ ਵਾਪਸ ਲਓ, ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ। ਇਹ ਦੱਸੋ ਤੁਸੀਂ, ਇਹ ਕਿੱਥੇ ਦੀ ਇਨਸਾਫੀ ਹੈ? ਇੱਕ ਬੰਦੇ ਨੂੰ ਤੁਸੀਂ ਮਾਰ ਕੁੱਟ ਵੀ ਲੈਂਦੇ ਆ, ਫਿਰ ਤੁਸੀਂ ਉਹਨੂੰ ਪ੍ਰੈਸ਼ਰ ਪਾਉਂਦੇ ਆ, ਇਹ ਗੱਲ ਗਲਤ ਆ ਸਰ ਜੀ। ਬਿਲਕੁਲ ਜੀ, ਲੈਂਬਰ ਕਰਵਾ ਰਹੇ ਸਰ ਡਾਇਰੈਕਟ, ਨਹੀਂ ਯੂਜ਼ਲੈਸ ਹੋਣ, ਗੱਲ ਤਾਂ ਸਾਡੀ ਆ ਨਾ, ਮੇਰੀ ਗੱਲ ਨਹੀਂ ਹੋਈ ਸਰ, ਨਹੀਂ ਸਾਡੀ ਗੱਲ ਨਹੀਂ ਹੋਈ।
ਅਸੀਂ ਗੱਲ ਕਰਨਾ ਵੀ ਨਹੀਂ ਚਾਹੁੰਦੇ। ਸਰ ਸਾਨੂੰ ਹੋਰ ਕੌਣ ਫੋਲੋ ਅਪ ਕਰ ਸਕਦਾ ਹੈਗਾ, ਜਦੋਂ ਸਾਨੂੰ ਹੋਰ ਕੌਣ ਫੋਲੋ ਅਪ ਕਰ ਸਕਦਾ, ਸਾਡੀ ਕਿਹਨਾਂ ਨਾਲ ਦੁਸ਼ਮਣੀ ਹੈ ਪਹਿਲਾਂ ਦੱਸੋ, ਸਾਡੀ ਕਿਸ ਚੀਜ਼, ਸਾਡੀ ਕਿਹਦੇ ਨਾਲ ਦੁਸ਼ਮਣੀ ਹੈ। ਲੈਂਬਰ ਨੇ ਫੋਨ ਕੀਤਾ ਜੀ, ਜੇ ਸਿਸਟਰ ਨੂੰ ਕੀਤਾ, ਮੈਂ ਤੁਹਾਨੂੰ ਕਹੀ ਤਾਂ ਜਾਂਦੀ ਕਿ ਲੈਂਬਰ ਨੇ ਫੋਨ ਕੀਤਾ, ਮੈਨੂੰ ਨਹੀਂ ਫੋਨ ਕੀਤਾ, ਰਾਜੀਨਾਮੇ ਤੋਂ ਬਾਅਦ ਨੂੰ ਨਹੀਂ ਕੀਤਾ, ਉਹਨਾਂ ਦੀ ਗਲੀ 'ਚ ਕਿਸੇ ਬੰਦੇ ਨੂੰ ਕੀਤਾ, ਪਲੀਜ਼ ਇਹ ਪੁਆਇੰਟ ਕਲੀਅਰ ਕਰੋ। ਪੁਆਇੰਟ ਕਲੀਅਰ ਕਰ ਤਾਂ ਦਿੱਤਾ ਮੈਂ, ਇੱਕ ਗੱਲ, ਸੌਰੀ, ਮੈਂ ਇੱਕ ਗੱਲ ਬਾਰ-ਬਾਰ ਨਹੀਂ ਕਹਿ ਸਕਦੀ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਉਹਨਾਂ ਦੀ ਗਲੀ ਦੇ ਵਿੱਚ ਫੋਨ ਕੀਤਾ ਕਿਸੇ ਨੂੰ, ਗੱਲ ਨਹੀਂ ਤਾਂ ਮੈਂ ਡਬਲ ਗੱਲ ਕੀਤੀ ਨਹੀਂ, ਮੈਂ ਡਬਲ ਕਰ ਰਹੀ ਕਿ ਪਰਸਨ ਨੂੰ ਦੇਖੋ, ਤੁਸੀਂ ਗੱਲ ਨੂੰ ਉਲਟਾ ਕਰਦੇ ਪਏ, ਤੁਸੀਂ ਗੱਲ ਕਲੀਅਰ ਕਰੋ ਨਾ। ਨੋ ਨੋ ਨੋ, ਕਿਹਾ ਗਿਆ ਕਿ ਮੇਰੀਆਂ ਵੀਡੀਓਜ਼ ਜਿਹੜੀਆਂ ਪੁਰਾਣੀਆਂ ਦਿਖਾਈਆਂ ਜਾ ਰਹੀਆਂ ਨੇ, ਉਸ ਤੋਂ ਬਾਅਦ ਜੇ ਵੀਡੀਓ ਤੁਸੀਂ ਦਿਖਾਉਣੀਆਂ ਸੀ ਜਦੋਂ ਇੰਨਾ ਵਿਵਾਦ ਹੋਇਆ, ਤੁਸੀਂ ਉਦੋਂ ਮੀਡੀਆ ਸਾਹਮਣੇ ਅਸੀਂ ਨਹੀਂ ਦਿਖਾਈਆਂ ਕਿਉਂਕਿ ਕੁੜੀ ਦਾ ਘਰ ਵਸਦਾ ਸੀ, ਅਸੀਂ ਨਹੀਂ, ਅਸੀਂ ਇਸ ਕਰਕੇ ਨਹੀਂ ਅਸੀਂ ਵੀਡੀਓ ਦਿਖਾਈ ਨਹੀਂ, ਸਾਨੂੰ ਹੁਣ ਸਿਰਫ ਦੇਖੋ ਇਹੀ ਚੰਦ, ਪਲੀਜ਼ ਇੱਕ ਗੱਲ ਸੁਣ, ਹਮੇਸ਼ਾ ਸਾਡੀ ਸਿਸਟਰ ਸਮਝੌਤਾ ਕਰਦੀ ਰਹੀ ਸਾਡੇ ਨਾਲ ਕਿ ਮੇਰੇ ਘਰ ਦੀ ਗੱਲ ਆ ਨਾ ਉਛਾਲੋ, ਹੁਣ ਜਦੋਂ ਉਹਦੀ ਬੇਟੀ ਤੇ ਗੱਲ ਆਈ ਆ, ਬੇਟੀ ਨੂੰ ਵੀ ਮਾਰ ਕੁਟਾਈਆਂ ਕਰਦਾ ਉਹ ਤਾਂ ਹੁਣ ਅੱਗੇ ਆਈ ਆ, ਜੇ ਕੋਈ ਆਪਣਾ ਝੱਗਾ ਚੱਕਦਾ ਨਾ, ਜੇ ਕੋਈ ਨੰਗਾ ਹੁੰਦਾ, ਕੋਈ ਰੀਜਨ ਤੋਂ ਨੰਗਾ ਹੁੰਦਾ, ਕੋਈ ਕਿਸੇ ਨੂੰ ਇੱਦਾਂ ਸ਼ੌਂਕ ਨਹੀਂ ਹੁੰਦਾ, ਠੀਕ ਆ ਜੀ, ਘਰਾਂ ਦੇ ਵਿੱਚ ਸਾਰਿਆਂ ਦੇ ਮਸਲੇ ਹੁੰਦੇ, ਛੋਟੇ ਮੋਟੇ ਮਸਲੇ ਹਰ ਇੱਕ ਬੰਦੇ ਦੇ ਵਿੱਚ ਆ, ਹਰ ਘਰ ਦਾ ਮੈਟਰ ਆ, ਪਰ ਤੁਸੀਂ ਇਹ ਦੇਖੋ ਜੇ ਕੋਈ ਬੰਦਾ ਗੱਲ ਕਰਦਾ ਕਿੰਨਾ ਕੋਈ ਬੰਦਾ ਦੁਖੀ ਹੋਣਾ, ਕਿਉਂਕਿ ਇਹ ਬੰਦੇ ਦਾ ਤਾਂ ਨਿੱਤ ਦਾ ਕੰਮ ਆ, ਸਾਡੀਆਂ ਪੰਚਾਇਤਾਂ ਵੀ ਗਲੀ ਦੀਆਂ ਆਈਆਂ ਹੋਈਆਂ, ਇਹਨਾਂ ਨੇ ਵੀ ਪਹਿਲਾਂ ਕਈ ਵਾਰੀ ਸਮਝੌਤੇ ਕਰਵਾਏ ਆ, ਪਰ ਇਹ ਬੰਦਾ ਬੰਦਾ ਨਹੀਂ ਬਣਿਆ, ਅਸੀਂ ਮਜਬੂਰ ਆ ਨਾ, ਜਿਹੜਾ ਇੱਥੇ ਬੈਠੇ ਹਾਂ ਅੱਜ ਮਜਬੂਰ ਹਾਂ, ਅਸੀਂ ਇਸ ਚੀਜ਼ ਤੋਂ ਮਜਬੂਰ ਆ, ਤੁਸੀਂ ਇਹ ਚੀਜ਼ ਨੂੰ ਵੀ ਤਾਂ ਸਮਝੋ ਨਾ, ਤੁਸੀਂ ਇਹ ਨਾ ਕਰੋ ਵੀ ਲੈਂਬਰ ਨੇ ਸਾਨੂੰ ਧਮਕੀ ਦਿੱਤੀ, ਇਹਨਾਂ ਨੂੰ ਦਿੱਤੀ, ਸਾਡੀ ਪੰਚਾਇਤਾਂ ਨੂੰ ਦਿੱਤੀ ਆ, ਮੇਰੇ ਬ੍ਰਦਰ ਨੂੰ ਦਿੱਤੀ ਆ, ਇਹ ਤੁਸੀਂ ਇਸ਼ੂ ਨਾ ਰੱਖੋ। ਸਰ ਸਾਨੂੰ ਦੇਖੋ ਧਮਕੀਆਂ ਆਉਂਦੀਆਂ ਪਈਆਂ ਨੇ, ਥਰਡ ਪਾਰਟੀ ਕੋਈ ਵੀ ਬੰਦਾ ਡਾਇਰੈਕਟ ਇੱਕੋ ਦਮ ਧਮਕੀ ਕੋਈ ਵੀ ਨਹੀਂ ਦਿੰਦਾ, ਗੱਡੀਆਂ ਲੱਗਦੀਆਂ ਵਾ ਪਿੱਛੇ, ਗੱਡੀ ਤੇ ਗੱਡੀ ਬ੍ਰੇਕ ਮਾਰ ਲੈਂਦੀ ਆ ਏਡੀ ਏਡੀ ਮੀਲ ਦੀ ਦੂਰੀ ਤੋਂ, ਦੱਸੋ ਸਾਡਾ ਕਿਹੜਾ ਦੁਸ਼ਮਣ। ਇਹ ਜਿਹੜੀ ਤੁਸੀਂ ਹੁਣ ਕਾਨਫਰੰਸ ਕੀਤੀ ਹੈ, ਜਿਵੇਂ ਕਿ ਤੁਸੀਂ ਦੱਸ ਰਹੇ ਹੋ ਕਿ ਤੁਹਾਨੂੰ ਫਾਲੋ ਅਪ ਕੀਤਾ ਜਾ ਰਿਹਾ ਧਮਕੀਆਂ, ਹੁਣ ਤੁਸੀਂ ਕੀ ਸਿਕਿਉਰਿਟੀ ਮੰਗਦੇ ਹੋ ਪ੍ਰਸ਼ਾਸਨ ਦੇ ਕੋਲੋਂ? ਬਿਲਕੁਲ ਸਰ, ਸਾਨੂੰ ਅਸੀਂ ਸਿਕਿਉਰਿਟੀ ਮੰਗਦੇ ਹਾਂ, ਸਾਡੇ ਘਰ ਇਹਨੇ ਬਾਉਂਸਰ ਭੇਜੇ ਆ, ਸਾਡੇ ਘਰ ਇਹਨੇ ਬਾਉਂਸਰ ਭੇਜੇ ਆ, ਸਰ ਦੇਖੇ ਸਾਡੇ ਤੇ ਸਾਡੇ ਤੇ ਕੋਈ ਸਾਡੇ ਕੋਲ ਹੈਗੀਆਂ ਸਾਰੀ ਪਿਕਚਰਸ ਹੈਗੀਆਂ ਜੀ, ਹਾਂਜੀ ਸਰ, ਸਾਰੀਆਂ ਪਿਕਚਰਾਂ ਮੈਮ ਸਾਡੇ ਕੋਲ, ਆਈ ਥਿੰਕ ਮੇਰਾ ਗੱਡੀ ਚਾ ਮੋਬਾਈਲ, ਮੇਰਾ ਗੱਡੀ ਚਾ ਮੋਬਾਈਲ ਮੈਂ ਤੁਹਾਨੂੰ ਸ਼ੇਅਰ ਕਰੂੰਗੀ, ਸਾਰਿਆਂ ਨੂੰ ਦਊਂਗੀ। ਤੁਸੀਂ ਆਹ ਦੇਖੋ ਜੇ ਧਿਆਨ ਨਾਲ ਤੁਸੀਂ ਦੇਖ ਰਹੇ ਹੋ, ਗੱਡੀ ਦੇ ਬਾਹਰ ਆ ਬੰਦੇ ਨਿਕਲਦੇ ਪਏ ਹੈਗੇ, ਪਹਿਲਾਂ ਇੱਕ ਲੇਡੀ ਰੇਕੀ ਕਰਦੀ ਹੈ, ਸਭ ਤੋਂ ਪਹਿਲਾਂ ਮੈਂ ਵੀਡੀਓ ਵੀ ਬਣਾਈ, ਫੋਟੋ ਵੀ ਖਿੱਚੀਆਂ, ਪਹਿਲਾਂ ਇੱਕ ਲੇਡੀ ਆ ਰਹੀ ਉਹ ਰੇਕੀ ਕਰਕੇ ਜਾਂਦੀ ਆ, ਉਸ ਤੋਂ ਬਾਅਦ ਪਿੱਛੇ ਬੰਦੇ ਆਉਂਦੇ ਆ, ਈਵਨ ਬਾਉਂਸਰ ਵੀ ਆਉਂਦਾ। ਆਹ ਦੇਖੋ ਜੀ ਸਿਸਟਰ, ਉਦੋਂ ਜੀ ਜੀ ਮੈਮ, ਅਸੀਂ ਸਾਨੂੰ ਦੇਖੋ ਮੈਮ ਸਾਨੂੰ ਦੇਖੋ ਧਮਕੀਆਂ ਦੇਖੋ ਮਿਲਦੀ ਪਈਆਂ ਨੇ, ਸਾਨੂੰ ਦੇਖੋ ਫੋਲੋ ਕਰਦੇ, ਸਾਨੂੰ ਦੇਖੋ ਆਪਣੀ ਜਾਨ ਦਾ ਖਤਰਾ, ਅਸੀਂ ਤਾਂ ਅਸੀਂ ਮੀਡੀਆ ਵੱਲ ਆਏ ਹੈਗੇ ਆ, ਜੇ ਅਸੀਂ ਗਲਤ ਕੀਤੇ ਤਾਂ ਤੁਹਾਨੂੰ ਤਾਂ ਤੁਸੀਂ ਦੱਸੋ, ਤੁਸੀਂ ਸਾਡਾ ਪੁਆਇੰਟ ਨਹੀਂ, ਤੁਸੀਂ ਪੁਰਾਣੀ ਗੱਲ ਨੂੰ ਰਿਪੀਟ ਕਰ ਰਹੇ ਹੋ, ਅਸੀਂ ਜੇ ਇੱਕ ਮਿੰਟ ਜੀ 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 ਮੈਮ ਬਿਲਕੁਲ ਬਿਲਕੁਲ ਲਿਸਨ ਟੂ ਮੀ, ਪਹਿਲਾਂ ਮੇਰੀ ਗੱਲ ਸੁਣੋ ਤੁਸੀਂ, ਲਿਸਨ ਟੂ ਮੀ,
ਤੁਸੀਂ ਇਹ ਚੀਜ਼ਾਂ ਜੋ ਵੀ ਕਹਿ ਰਹੇ ਹੋ ਸਿਰ ਮੱਥੇ 'ਤੇ ਤੁਹਾਡੀਆਂ ਗੱਲਾਂ, ਪਰ ਤੁਸੀਂ ਇਹ ਮੇਰੀ ਇੱਕ ਗੱਲ ਸੁਣੋ, ਸਿਸਟਰ ਸੀ ਮੇਰੀ, ਸਿਸਟਰ ਨੇ ਜਦੋਂ ਇੰਨੀ ਗੱਲ ਕਹੀ ਸੀ ਕੋਈ ਨਹੀਂ ਸੌਟ ਆਊਟ ਹੋ ਜਾਣਾ, ਕਿਉਂਕਿ ਦੇਖੋ ਕੁੜੀ ਅਸੀਂ ਬਿਠਾਉਣੀ ਤਾਂ ਨਹੀਂ ਸੀ, ਕੁੜੀ ਭੇਜਣੀ ਤਾਂ ਉੱਥੇ ਸੀ, ਹਾਰ ਕੇ ਕਿਸੇ ਵੀ ਚੀਜ਼ ਦਾ ਰਾਜ਼ੀਨਾਮਾ, ਠੀਕ ਹੈ ਜੀ। ਮਨੀਸ਼ਾ ਗੁਲਾਟੀ ਮੈਮ ਨੇ ਜਦੋਂ ਬੁਲਾ ਲਿਆ ਅਸੀਂ ਕਿਹਾ ਵੀ ਮਾਮਲਾ ਸੌਟ ਆਊਟ ਹੋ ਜਾਣਾ ਉੱਥੇ, ਕਿਉਂਕਿ ਉਹ ਇੱਕ ਲੇਡੀ ਆ, ਲੇਡੀ ਦੀ ਗੱਲ ਸਮਝੇਗੀ, ਠੀਕ ਹੈ ਨਾ। ਉਹਨਾਂ ਦਾ ਸੌਟ ਆਊਟ ਹੋ ਗਿਆ, ਸਾਨੂੰ ਉਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ। ਪਰ ਉੱਥੇ ਵੀ ਮੈਂ ਮੈਮ ਨੂੰ ਗੁਹਾਰ ਲਾਈ ਵੀ ਜਿਹੜਾ ਸਾਡੇ 'ਤੇ ਐਲੀਗੇਸ਼ਨ ਲੱਗ ਰਹੇ ਆ, ਜਿਹੜਾ ਸਾਡਾ ਮਸਲਾ ਵਾ, ਅਤੇ ਉਹਨਾਂ ਨੇ ਉੱਥੇ ਮੇਰੀ ਗੱਲ ਨਹੀਂ ਸੁਣੀ। ਈਵਨ ਕੁਝ ਸਿਸਟਰ ਨੂੰ ਸਿਸਟਰ ਤੋਂ ਅਲੱਗ ਕਰ ਦਿੱਤਾ, ਜਿੱਥੇ ਮੈਂ ਉਹਦਾ ਹਮੇਸ਼ਾ ਬਚਾਅ ਕਰਦੀ ਸੀ ਮੈਨੂੰ ਹੀ ਉਹ ਤੋਂ ਅਲੱਗ ਕਰ ਦਿੱਤਾ ਵੀ ਅਸੀਂ ਇੱਥੇ ਜੁਡੀਸ਼ੀਅਲ ਕਾਰਵਾਈ ਕਰਾਂਗੇ। ਦੱਸੋ ਇਹ ਕਿੱਥੇ ਦਾ ਇਨਸਾਫ ਆ? ਸਰ ਅਸੀਂ, ਮੈਂ ਤੁਹਾਨੂੰ ਵੀਡੀਓ ਦਿਖਾਉਂਦਾ ਵਾਂ, ਜੇ ਤੁਸੀਂ ਦੇਖਣਾ ਚਾਹੁੰਦੇ ਇੱਕ ਮਿੰਟ ਜਰਾ ਆ ਕੇ ਦੇਖੋ, ਅਤੇ ਫਿਰ ਤੁਸੀਂ ਮੈਨੂੰ ਦੱਸੋ ਕਿ ਤੁਹਾਡਾ ਡਿਸੀਜ਼ਨ ਕੀ ਹੁੰਦਾ ਜੇ ਉਸ ਵੇਲੇ ਤੁਹਾਡੇ ਸਾਹਮਣੇ ਦੋ ਬੰਦੇ ਬੈਠੇ ਹੁੰਦੇ ਹੈਗੇ? ਆਪਣਾ ਨੰਬਰ ਦੱਸੋ ਯਾਰ, ਕੀ ਨੰਬਰ ਬੋਲੀਓ, ਆਪਣਾ ਭਾਜੀ ਨੰਬਰ ਬੋਲੀਓ, ਆਪਣਾ ਨੰਬਰ ਬੋਲ ਦਿਓ ਸਾਰਿਆਂ ਨੂੰ।